ਸੁਨਾਮ ਸ਼ਹਿਰ ਦੇ ਮਾਤਾ ਮੋਦੀ ਪਾਰਕ ਵਿਖੇ ਰਾਮ ਮੁਹੰਮਦ ਸਿੰਘ ਕਲੱਬ ਸੁਨਾਮ ਦੀ ਮੀਟਿੰਗ ਹੋਈ ਅਤੇ ਮੋਦੀ ਸਰਕਾਰ ਦੇ 3 ਆਰਡੀਨੈਂਸਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਲੱਬ ਵੱਲੋਂ ਇਹਨਾਂ ਆਰਡੀਨੈਂਸਾਂ ਦੀ ਨਿਖੇਧੀ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਭਾਰਤ ਸਰਕਾਰ ਨੇ ਜੋ 3 ਆਰਡੀਨੈਂਸ ਲੋਕ ਸਭਾ ਵਿੱਚ ਪਾਸ ਕੀਤੇ ਨੇ ਇਹਨਾਂ ਨੂੰ ਤੁਰੰਤ ਵਾਪਸ ਲਿੱਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਅਸੀਂ ਹਰ ਸਮੇਂ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ, ਉਹਨਾਂ ਵੱਲੋਂ ਕਿਸੇ ਤਰ੍ਹਾਂ ਦੇ ਸੰਘਰਸ਼ ਵਿੱਚ ਪੂਰਨ ਸਹਿਯੋਗ ਦੇਵਾਂਗੇ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਪਾਲਾ, ਜਨਰਲ ਸਕੱਤਰ ਗੁਰਚਰਨ ਸਿੰਘ ਸੰਮੀ, ਚੇਅਰਮੈਨ ਗੁਰਚਰਨ ਸਿੰਘ ਕੌੜਾ, ਖਜ਼ਾਨਚੀ ਕਰਨੈਲ ਸਿੰਘ ਢੋਡ, ਲਖਵਿੰਦਰ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਮੌਜੂਦ ਸਨ। ਸੁਨਾਮ ਤੋਂ ਨਿਊਜ਼ ਇੰਡੀਆ ਟਾਈਮ ਲਈ ਜੋਗਿੰਦਰ ਸੁਨਾਮ ਦੀ ਰਿਪੋਰਟ। ਅਸੀਂ ਅੱਜ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਜੋ ਕਿ ਸੈਂਟਰ ਸਰਕਾਰ ਕਿਸਾਨਾਂ ਦੇ ਵਿਰੋਧ ਦੇ ਵਿੱਚ 3 ਆਰਡੀਨੈਂਸ ਲੈ ਕੇ ਆਈ ਹੈ, ਉਹ ਬਿਲਕੁਲ ਕਿਸਾਨਾਂ ਦੇ ਵਿਰੋਧ 'ਚ ਹਨ। ਅਸੀਂ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਖੜ੍ਹੇ ਹਾਂ ਅਤੇ ਜਿੱਥੇ ਵੀ ਸਾਨੂੰ ਕਿਤੇ ਲੋੜ ਪਈ ਸਾਡੀ, ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਜਿੱਥੇ ਕਿਤੇ ਜਾਣ ਦੀ ਲੋੜ ਪਈ, ਅਸੀਂ ਕਿਸਾਨਾਂ ਦੇ ਹੱਕ ਵਿੱਚ ਜਾਣ ਲਈ ਤਿਆਰ। ਗੁਰਚਰਨ ਸਿੰਘ ਖੋੜਾ ਜੀ, ਹਾਂਜੀ, ਇਸ ਟਾਈਮ ਕਿੱਥੇ ਖੜੇ ਹੋ? ਇਸ ਟਾਈਮ ਆਜ਼ਾਦ ਸਿੰਘ ਕਲੱਬ ਦੇ ਚੇਅਰਮੈਨ ਹਾਂ ਜੀ, ਅਤੇ ਜਿਹੜੇ ਮੋਦੀ ਸਰਕਾਰ ਸੈਂਟਰ ਨੇ 3 ਕਿਸਾਨਾਂ ਦੇ ਖਿਲਾਫ਼ ਆਰਡੀਨੈਂਸ ਜਾਰੀ ਕੀਤੇ ਨੇ, ਉਹਦੇ ਨਾਲ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਮਤਲਬ ਬਹੁਤ ਜ਼ਿਆਦਾ ਵਿਰੋਧ ਕਰ ਰਹੀਆਂ ਨੇ। ਅਤੇ ਸਾਨੂੰ ਵੀ ਅੱਜ ਪਤਾ ਲੱਗਿਆ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਕਿਸਾਨਾਂ ਦੇ ਹੱਕ 'ਚ ਖੜਿਆ ਅਤੇ ਹੱਕ 'ਚ ਖੜੇਗਾ, ਅਤੇ ਨਾਲ ਹੀ ਇਹ ਧਨਾਟ ਲੋਕਾਂ ਦੇ ਹੱਥ ਵਿੱਚ ਬਿਰਲਾ ਟਾਟਾ ਦੇ ਹੱਥ ਵਿੱਚ ਜਾਊਗਾ। ਜਿਹੜਾ ਮੋਦੀ ਆ ਇਹ ਅਮਰੀਕਾ ਦੇ ਹੱਥ 'ਚ ਖੇਡ ਰਿਹਾ, ਤਾਂ ਇਸ ਨੂੰ ਇਹ ਗੱਲਾਂ ਖੇਡੀਆਂ ਨਹੀਂ ਜਾਂਦੀਆਂ। ਤਾਂ ਮੋਦੀ ਪਹਿਲਾਂ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਾਉਂਦਾ ਸੀ, ਤਾਂ ਅਸੀਂ ਇਹਨੂੰ ਜਿਤਾਇਆ ਵੀ, ਪਰ ਇਹਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਆਰਡੀਨੈਂਸ 3 ਬਣਾਏ ਨੇ, ਇਹਨਾਂ ਨੂੰ ਤੁਰੰਤ ਵਾਪਸ ਲਵੇ। ਜਿਹੜੀ ਸਾਡੀ ਰਾਮ ਮੁਹੰਮਦ ਸਿੰਘ ਆਜ਼ਾਦ ਆ ਕਿਸਾਨ ਜਥੇਬੰਦੀ ਦੇ ਨਾਲ ਹਰ ਵੇਲੇ ਤਿਆਰ ਪ੍ਰਤਿਆਰ ਖੜੀ ਹੈ। ਜੈ ਜਨਤਾ, ਜੈ ਸੰਘਰਸ਼, ਜਿੱਤ ਲੋਕਾਂ ਦੀ। ਹਾਂਜੀ ਸਰ ਜੀ, ਕੀ ਨਾਮ ਹੈ ਆਪਣਾ? ਆਪਣਾ ਨਾਮ ਲਖਵਿੰਦਰ ਸਿੰਘ ਦੀਲਾ ਜੀ, ਮੇਰਾ ਨਾਮ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਅਸੀਂ ਮੋਦੀ ਦੇ ਇੰਨੀਆਂ ਉਮੀਦਾਂ ਰੱਖੀਆਂ ਸੀਗੀਆਂ, ਉਹਨਾਂ ਨੂੰ ਉਮੀਦਾਂ ਨੂੰ ਮੁੱਖ ਰੱਖਦੇ ਦੁਬਾਰਾ ਫਿਰ ਸੈਂਟਰ ਸਰਕਾਰ ਨੂੰ ਜਿਤਾਇਆ, ਪਰ ਉਹ ਉਸ ਕਿਸਾਨ ਦੇ ਮਗਰ ਇਸ ਤਰ੍ਹਾਂ ਪੈ ਗਈ ਸਰਕਾਰ ਜਿਵੇਂ ਹੱਥ ਧੋ ਕੇ ਪੈ ਜਾਂਦੇ ਆ। ਕਿਸਾਨ ਪਹਿਲੇ ਕੁਚਲੇ ਪਏ ਨੇ, ਸਾਡੇ ਕਹਿਣ ਨਾਲ ਨਹੀਂ, ਪੱਤਰਕਾਰਾਂ ਨੂੰ ਵੀ ਪਤਾ, ਸਾਰੀ ਪਬਲਿਕ ਨੂੰ ਵੀ ਪਤਾ ਵੀ ਕਿਸਾਨ ਕੀ ਕਰ ਰਹੇ ਹਨ, ਕਿੱਥੇ ਕਿੱਥੇ ਤੱਕ ਵਿਚਾਰਾ ਹੈਗਾ। ਕਿਸਾਨ ਨੂੰ ਕੁਚਲਣ ਵਾਸਤੇ ਉਹਨਾਂ ਨੇ ਇੰਨਾ ਕੁਛ ਲਾਤਾ, ਜਿਹੜੇ 3 ਹੁਣ ਪਾਏ ਨੇ ਇਹਨਾਂ ਨੇ ਬਿੱਲ ਪਾਸ ਕਰ ਰਿਹਾ ਉਹਨਾਂ ਦਾ, ਕਹਿੰਦਾ ਮੈਨੂੰ ਤਾਂ ਨਹੀਂ ਲੱਗਦਾ ਉਹ ਬਚ ਜੂਗਾ। ਪਹਿਲਾਂ ਤਾਂ ਕਰੋਨਾ ਦੀ ਮਾਰ ਨੇ ਮਾਰਤੇ, ਉਹ ਫਿਰ ਆ ਨੋਟ ਵਾਲੀ ਉਹਨੇ ਮਾਰਤੇ, ਜਿਹੜਾ ਅੱਜ ਦਾ ਮਾਹੌਲ ਤੁਸੀਂ ਦੇਖ ਰਹੇ ਹੋ। ਪਰ ਜਦੋਂ ਵੀ ਕਿਤੇ ਲੋੜ ਪੈਂਦੀ ਆ ਕਿਸਾਨ ਨੂੰ, ਕਿਸਾਨ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਜਿੱਥੇ ਵੀ ਲੋੜ ਪੈਂਦੀ ਇਕੱਠੇ ਹੋ ਕੇ ਜਾਂਦੇ ਆ, ਪਰ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਡਾ ਕਲੱਬ ਰਾਮ ਮੁਹੰਮਦ ਸਿੰਘ ਆਜ਼ਾਦ ਜਿਹੜਾ ਕਿ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਰੱਖਿਆ ਹੋਇਆ, ਉਹਨਾਂ ਦਾ ਵੀ ਦਿਲ ਧੜਕਿਆ ਵੀ ਉਹ ਦੇਖ ਪਬਲਿਕ ਵਾਸਤੇ ਕਿਸ ਤਰ੍ਹਾਂ ਭੱਜੇ ਫਿਰਦੇ ਆ। ਪਰ ਸਾਡੇ ਸਾਰੇ ਅਹੁਦੇਦਾਰ ਖੜ੍ਹੇ ਨੇ, ਇਹਨਾਂ ਨੇ ਵੀ ਇਹ ਸੋਚਿਆ ਵੀ ਸਾਡਾ ਕਲੱਬ ਕਿਉਂ ਨਾ ਉਹਨਾਂ ਦਾ ਸਾਥ ਦਿੱਤਾ ਜਾਵੇ। ਅਸੀਂ ਦਿਲੋਂ ਸਾਡਾ ਕਲੱਬ ਕਿਸਾਨ ਯੂਨੀਅਨ ਨੂੰ, ਕਿਸਾਨ ਯੂਨੀਅਨ ਦੇ ਪ੍ਰਧਾਨ ਮੈਂਬਰ ਬਖਤੌਰ ਨਗਰ ਦੇ ਸਾਡੇ ਨਾਲ ਖੜ੍ਹੇ ਸਨ, ਉਹਨਾਂ ਨੂੰ ਬੁਲਾਇਆ ਤੁਸੀਂ ਆਓ ਅਸੀਂ ਤੁਹਾਡਾ ਸਾਥ ਦੇਵਾਂਗੇ ਦਿਲੋਂ। ਪਰ ਇਹ ਨਹੀਂ ਫਾਰਮੈਲਿਟੀ, ਨਹੀਂ ਫਾਰਮੈਲਿਟੀ ਤਾਂ ਹੁੰਦੀ ਹੈ ਵੀ ਫੋਟੋ ਖਿਚਾਤੀ ਚਲੋ ਜੀ ਆਪਣੇ ਨਾਲ, ਅਸੀਂ ਜਿੱਥੇ ਸਾਡੀ ਪੈਸੇ ਦੀ ਲੋੜ ਪੈਸਾ ਵੀ ਲਾਵਾਂਗੇ, ਜਿੱਥੇ ਸਾਨੂੰ ਲੋੜ ਵੀ ਲੈ ਕੇ ਜਾਣਾ ਪਟਿਆਲੇ ਦਿੱਲੀ ਜਿੱਥੇ ਅਸੀਂ ਨਾਲ ਜਾਵਾਂਗੇ। ਇਹ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਪਹਿਲਾਂ ਵੀ ਭਲੇ ਦੇ ਕੰਮ ਕਰਦਾ ਆਇਆ ਹੈ, ਅੱਖਾਂ ਦੇ ਨੇਤਰਾਂ ਦੇ ਵਿਆਹ ਦੇ ਬਲੱਡ ਕੰਪ ਲਾਉਂਦੇ ਆਏ, ਪਰ ਇਸ ਦੁੱਖ ਦੇ ਵਿੱਚ ਵੀ ਅਸੀਂ ਤਾਂ ਦੁੱਖੇ ਕਹਾਂਗੇ, ਇਸ ਦੁੱਖ ਦੀ ਘੜੀ ਦੇ ਵਿੱਚ ਕਿਸਾਨਾਂ ਦੇ ਨਾਲ ਆ। ਜੈ ਜਵਾਨ, ਜੈ ਕਿਸਾਨ। ਹਾਂਜੀ ਸਰ ਜੀ, ਜਿਹੜਾ ਇਹ ਵਿਰੋਧ ਕਰ ਰਹੇ ਹੋ ਤੁਸੀਂ ਮੋਦੀ ਸਰਕਾਰ ਬਾਰੇ, ਇਹ ਓਨਲੀ ਜ਼ਿਲ੍ਹੇ ਸੰਗਰੂਰ ਦੇ ਵਿੱਚ ਤੁਸੀਂ ਸੁਨਾਮ ਦੇ ਵਿੱਚ ਹੀ ਕਰ ਰਹੇ ਹੋ ਜਾਂ? ਨਹੀਂ ਨਹੀਂ ਨਹੀਂ, ਇਹ ਇੱਕ ਗਰੁੱਪ ਬਣਿਆ ਹੁੰਦਾ, ਇਹਨਾਂ ਦਾ ਜਿਹੜਾ ਯੂਨੀਅਨਾਂ ਬਣੀਆਂ ਹੋਈਆਂ, ਯੂਨੀਅਨ ਆਪਣਾ ਆਪਣਾ ਸਿਸਟਮ ਬਣਾ ਕੇ ਵੀ ਅੱਜ ਪਟਿਆਲੇ ਜਾਣਾ ਉੱਥੇ ਪਟਿਆਲੇ ਜਾਣ ਦੀ ਲੋੜ ਪੈਂਦੀ ਆ, ਪਟਿਆਲੇ ਜਾਂਦੇ ਨੇ, ਅੱਜ ਰਾਜਪੁਰੇ ਲੋੜ ਆ ਤਾਂ ਰਾਜਪੁਰੇ ਜਾਂਦੇ ਨੇ, ਇਹ ਆਪਦਾ ਆਪਦਾ ਸਿਸਟਮ ਬਣਾ ਕੇ ਚੱਲਦੇ ਨੇ, ਜਿੱਥੇ ਲੋੜ ਹੁੰਦੀ ਆ ਉੱਥੇ ਫਤਿਹ ਬੁਲਾ ਦਿੰਦੇ ਨੇ। ਪਰ ਮੈਂ ਨਹੀਂ ਕਹਿੰਦਾ ਵੀ ਕਿਸਾਨ ਯੂਨੀਅਨ ਕਿਤੋਂ ਫੇਲ ਹੋਇਆ, ਇੱਥੋਂ ਵੀ ਨਹੀਂ ਹੋਵੇਗਾ, ਜੇ ਕਿਸਾਨ ਥੱਲੇ ਦੱਬ ਗਿਆ ਤਾਂ ਸਰਕਾਰਾਂ ਵੀ ਗਈਆਂ ਅਤੇ ਭਾਰਤ ਵੀ ਗਿਆ। ਇਹ ਅੱਜ ਦੇ ਮਾਹੌਲ ਦੇ ਵਿੱਚ ਕਰਦੇ ਫਿਰਦੇ ਅਸੀਂ ਸਰਕਾਰ ਨੂੰ ਸਿੱਧੀ ਕਰ ਰਹੇ ਹਾਂ, ਇਹਦਾ ਪੁੱਠੀ ਕਰ ਰਹੇ ਹਾਂ, ਦੇਖੋ ਕਿਹੋ ਜਿਹੇ ਮਾਹੌਲ ਆਉਣਗੇ ਜਦ ਇਹਨਾਂ ਨੇ ਕਿਸਾਨਾਂ ਦੇ ਉੱਤੇ ਧੱਕਾ ਕਰਿਆ,
की किसान लवे रह जू सर जी जिमा भी किसानों लाठीचार्ज होया भारतीय किसान यूनियन पुलिस प्रशासन ने कई थावां ते लाठीचार्ज हो रहा जी ये बारे की कहना ये बारे साडा ये साडे जिन्नियां मर्जी सूटियां परसाई जाए एक बारी सरकार हुंदी आ डराउंदी है भी ये डर के बह जाएंगे ये किसान कौम कितें डरन वाली है ये शहीद उधम सिंह की कौम चो है ये नहीं डरन वाली जिन्ने मर्जी ललकारे मर जाए इन्होंने तो अपना काम का अपना हक लेके हटणगे लेके ही जाएंगे सरकार नूं थले बिठा देंगे किसान हमेशा उच्चे रहा उच्चा ही रहेगा किसान यूनियन इस तरह साडा बल्ले बल्ले होगा असी दिलों फिर कहने साडा क्लब जिथे भी प्रबंधक खड़े ने जिथे भी कहेगा असी नाल चलां कोई फॉर्मेलिटी नो प्रॉब्लम असी साथ देवे वैसे तो अभी भी किसानों के बच्चे हैं कम चाहे साढ़े अड्ड अड्ड ने किसानों के नाल तो मैं दूजी पार्टी है जी जिन्होंने किसानों के उन्होंने भी नाल लगना चाहिए मेरी बेनती है किसान पहला बाकी चीज़ा बाद होर कुछ नहीं किसान तो उड़ा पैंदा जिहड़े चौथी अखर बाद च पैंदे ने।